ਸਿੱਖਾਂ ਨੂੰ ਅੱਜ ਪੰਥ ਦੀ ਚੜ੍ਹਦੀ ਕਲਾ ਲਈ ਸਿਆਸਤ ਤੋਂ ਉੱਪਰ ਉੱਠ ਕੇ ਇੱਕਜੁੱਟ ਹੋਣ ਦੀ ਲੋੜ ਹੈ। ਇਹੀ ਸਾਰ ਸੀ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਹੋਈ ਪੰਥਕ ਸਾਂਝ ਦਾ। ਦਿੱਲੀ ਦੀ ਸੰਸਥਾ ਖਾਲਸਾ ਵਾਤਾਵਰਣ ਪ੍ਰੋਜੈਕਟ ਨੇ ਇਸ ਪ੍ਰੋਗਰਾਮ ਰਾਹੀਂ ਦਿੱਲੀ ਦੇ ਸਿੱਖਾਂ ਦੀਆਂ ਧਾਰਮਿਕ, ਸਮਾਜਿਕ ਤੇ ਸੱਭਿਆਚਾਰਕ ਸੰਸਥਾਵਾਂ ਨੂੰ ਇੱਕ ਪਲੇਟਫਾਰਮ ਤੇ ਲਿਆਉਣ ਦਾ ਯਤਨ ਕੀਤਾ। ਇੱਥੇ ਸਿਰਫ ਗੱਲਾਂ ਨਹੀਂ ਸਗੋਂ ਡੂੰਘੀਆਂ ਵਿਚਾਰਾਂ ਹੋਈਆਂ। ਸਿੱਖ ਚਿੰਤਕ ਵੀਰ ਭੁਪਿੰਦਰ ਸਿੰਘ ਜਦੋਂ ਬੋਲੇ ਤਾਂ ਉਹਨਾਂ ਦੀਆਂ ਗੱਲਾਂ ਵਿੱਚ ਪੰਥਕ ਚਿੰਤਾ ਸਾਫ਼ ਸੁਣਾਈ ਦਿੱਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਹਾਲ ਦੇਖ ਕੇ ਮੈਨੂੰ ਯਾਦ ਆ ਰਿਹਾ ਕਿ ਜੋ ਅਸੀਂ 23 ਸਾਲ ਪਹਿਲਾਂ ਲਿਵਿੰਗ ਟ੍ਰੈਜਰ ਸੰਸਥਾ ਸ਼ੁਰੂ ਕੀਤੀ ਸੀ ਉਸਦਾ ਪਹਿਲਾ ਲੈਕਚਰ ਇੱਥੇ ਹੀ ਹੋਇਆ ਸੀ। ਜੋ ਉਪਰਾਲਾ ਮੇਰੇ ਵੀਰ ਰਾਜਵੀਰ ਜੀ ਔਰ ਉਹਨਾਂ ਦੀ ਸਾਰੀ ਟੀਮ ਨੇ ਕੀਤਾ ਹੈ, ਮੈਂ ਉਹਦੇ 'ਚ ਤਹਿ ਦਿਲੋਂ ਧੰਨਵਾਦੀ ਵੀ ਹਾਂ ਔਰ ਆਪਣੇ ਬਾਈ ਆਲ ਮੀਨਸ ਉਹਦੇ ਨਾਲ ਸਾਂਝ ਕਰਨਾ ਚਾਹੁੰਦਾ। ਬਹੁਤ ਕੀਮਤੀ ਉਪਰਾਲਾ ਕੀਤਾ। ਅਸੀਂ ਪਿੱਛੇ ਲੋਗੋ ਲਗਾਇਆ ਹੋਇਆ, ਸਾਂਝ ਕਰੀ ਜੇ ਗੁਣਾ ਕੇਰੀ ਛੋੜ ਡਗੁਣ ਚੱਲੀ ਹੈ, ਪਰ ਸਾਡੀ ਕੌਮ ਦਾ ਐਟੀਟਿਊਡ ਐਸਾ ਨਹੀਂ ਹੈ। ਜਿਹੜੇ ਬਾਣੀ ਖੋਜਦੇ ਨੇ ਉਹਨਾਂ ਨੂੰ ਅਸੀਂ ਪੰਥ ਤੋਂ ਛੇਕ ਦਿੰਦੇ ਹਾਂ। ਇਹ ਐਟੀਟਿਊਡ ਸਾਨੂੰ ਸੋਚਣਾ ਪਏਗਾ ਕਿ ਅਸੀਂ ਵਰਤਣਾ ਹੈ ਕਿ ਨਹੀਂ ਵਰਤਣਾ। ਸੈਕਿੰਡ, ਜਦੋਂ ਅਸੀਂ ਆਪਣੇ ਵੱਲ ਝਾਤ ਮਾਰਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਮੇਰਾ ਮਾਇੰਡ ਸੈੱਟ ਹੈ। ਮੈਂ ਬਾਣੀ ਦੇ ਜੈਸੇ ਅਰਥ ਸਮਝਦਾ, ਉਹਨਾਂ ਦੇ ਕਾਰਨ ਮੇਰਾ ਮਾਇੰਡ ਸੈੱਟ ਹੈ, ਮੇਰੇ ਕਾਰਨ ਮੇਰਾ ਸਮਾਜ ਬਣਦਾ, ਮੇਰੇ ਕਾਰਨ ਮੇਰੀ ਕੌਮ ਦਾ ਮਾਇੰਡ ਸੈੱਟ ਹੁੰਦਾ ਹੈ। ਕੌਮ ਦਾ ਮਾਇੰਡ ਸੈੱਟ ਹੋ ਗਿਆ ਬੀਬੀ ਦੇ ਨਾਲ ਡਿਸਕ੍ਰਿਮੀਨੇਸ਼ਨ ਦਾ, ਤਾਂ ਕੌਮ ਅਰਥ ਕਰਦੀ ਹੈ ਜਿਨ ਹਰ ਹਿਰਦੇ ਨਾਮ ਨਾਲ ਬਸੇ ਹੋ ਤਿੰਨ ਮਾਤ ਕੀ ਜ਼ਹਿਰ ਬਾਂਝਾ ਦੇ ਅਰਥ ਕਰਦੀ ਹੈ। ਬਾਇਓਲੋਜੀਕਲ ਮੰਮੀ ਨੂੰ ਬਾਂਝ ਕਰ ਦਿਓ। ਇਹਦਾ ਮਤਲਬ ਇਹ ਨਿਕਲ ਕੇ ਆਉਂਦਾ ਹੈ ਕਿ ਹੁਣੇ ਵੀ ਡੁੱਲੇ ਬੇਰਾਂ ਦਾ ਕੁਛ ਨਹੀਂ ਵਿਗੜਿਆ। ਜੇਕਰ ਅਸੀਂ ਸ਼ੁਰੂ ਤੋਂ ABC ਤੋਂ ਬਾਣੀ ਦੇ ਅਰਥਾਂ ਦੀ ਸਾਂਝ ਕਰਨੀ ਸ਼ੁਰੂ ਕਰੀਏ, ਜੋ ਅਸੀਂ ਲਿਵਿੰਗ ਟ੍ਰੈਜਰੀ 'ਚ 23 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਕਿ ਅਸੀਂ ਕੋਈ ਹਿਸਟਰੀ ਦੀ ਗੱਲ ਨਹੀਂ ਕਰਾਂਗੇ, ਅਸੀਂ ਕਿਸੇ ਨੂੰ ਰੋਕਾਂਗੇ ਨਹੀਂ, ਅਸੀਂ ਇਹ ਗੱਲ ਸ਼ੁਰੂ ਕਰਾਂਗੇ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ABC ਤੋਂ ਅਰਥ ਸਮਝਣਾ ਸ਼ੁਰੂ ਕਰਾਂਗੇ ਤਾਂ ਕਿ ਅਸੀਂ ਨਵੇਂ ਸਮਾਜ ਦੀ ਸਿਰਜਣਾ ਕਰ ਸਕੀਏ। ਸੋ ਬੜੇ ਦੁੱਖ ਦੇ ਹਿਰਦੇ ਨਾਲ ਮੈਂ ਸਾਂਝ ਕਰ ਰਿਹਾ ਹਾਂ ਕਿ ਜੇ ਇਹ ਵਾਲੇ ਨੈਗੇਟਿਵਸ ਨਾ ਹੋਣ ਤਾਂ ਸਾਡੀ ਏਕਤਾ ਬਣ ਸਕਦੀ ਹੈ। ਸਾਡੇ ਨੈਗੇਟਿਵਸ ਬਹੁਤ ਸਾਰੇ ਨੇ, ਖੁੱਲ੍ਹੀ ਦਾੜੀ, ਬੱਦੀ ਦਾੜੀ ਦਾ ਸਾਡੇ ਅੰਦਰ ਬੜਾ ਸਖਤ ਡਿਸਕ੍ਰਿਮੀਨੇਸ਼ਨ ਹੈ। ਅੱਜ ਬੰਗਲਾ ਸਾਹਿਬ ਵਿੱਚ ਮੈਂ ਇਸ ਕਰਕੇ ਨਹੀਂ ਬੋਲ ਸਕਦਾ ਕਿਉਂਕਿ ਮੈਂ ਪੈਂਟ ਕਮੀਜ਼ ਪਾਉਂਦਾ, ਮੈਂ ਦਾੜੀ ਬੰਨਦਾ ਹਾਂ ਔਰ ਮੈਂ ਹਮਕੋ ਤੁਮਕੋ ਜਾਂ ਇੰਗਲਿਸ਼ ਬੋਲ ਕੇ ਪੰਜਾਬੀ ਨਾਲ ਲਾਲ ਪੱਗ ਬੰਨ ਕੇ ਸ਼ਬਦ ਦੇ ਅਰਥ ਕਰਦਾ। ਇਸ ਕਰਕੇ ਮੈਂ ਬੰਗਲਾ ਸਾਹਿਬ ਨਹੀਂ ਬੋਲ ਸਕਦਾ ਕਿਉਂਕਿ ਮੈਂ ਗਲੇ 'ਚ ਹਜੂਰੀਆ ਨਹੀਂ ਪਾਇਆ, ਮੈਂ ਕੁੜਤਾ ਨਹੀਂ ਪਾਇਆ। ਅਸੀਂ ਪਹਿਰਾਵੇ ਦੇ ਬਿਲਕੁਲ ਟੈਬੂਸ ਤਿਆਰ ਕਰ ਲਏ ਨੇ ਜਿਸ ਭੇਖ ਦੇ ਅਗੇ ਸਾਨੂੰ ਰੋਕਿਆ ਗਿਆ ਸੀ। ਸੋ ਜੇ ਪੰਥਕ ਸਾਂਝ ਕਰਨੀ ਹੈ ਤਾਂ ਸਾਨੂੰ ਇਹ ਵਾਲੇ ਟੈਬੂਸ ਛੱਡਣੇ ਪੈਣਗੇ। ਜਿਤਨੀਆਂ ਸੰਸਥਾਵਾਂ ਨੇ ਉਹਨਾਂ 'ਚੋਂ ਕੋਈ ਸੰਸਥਾ ਬੱਤੀ ਜਗਾ ਕੇ ਸਿਮਰਨ ਕਰਦੀ ਹੈ, ਕੋਈ ਸੰਸਥਾ ਬੱਤੀ ਬੁਝਾ ਕੇ ਸਿਮਰਨ ਕਰਦੀ ਹੈ, ਕੋਈ ਸੰਸਥਾ ਗਲੇ 'ਚ ਹਜੂਰੀਆ ਪਾਉਂਦੀ ਹੈ, ਕੋਈ ਸੰਸਥਾ ਨਹੀਂ ਪਾਉਂਦੀ ਹੈ, ਕੋਈ ਸੰਸਥਾ ਇਸਤਰੀ ਨੂੰ ਬਰਾਬਰਤਾ ਦੇਣਾ ਚਾਹੁੰਦੀ ਹੈ, ਕੋਈ ਨਹੀਂ ਦੇਣਾ ਚਾਹੁੰਦੀ ਹੈ। ਸਾਡੇ ਆਪਸੀ ਡਿਫਰੈਂਸਿਸ ਕੋਈ ਵੀ ਹੋ ਸਕਦੇ ਨੇ, ਪਰ ਅਸੀਂ ਇਸ ਤਰ੍ਹਾਂ ਸੋਚ ਸਕਦੇ ਹਾਂ। ਅਸੀਂ ਹਾਰਮਨੀ ਉੱਤੇ ਸੈਮੀਨਾਰ ਕੀਤਾ ਸੀ ਕਿ ਅਸੀਂ ਲੋਕਾਂ ਦੇ ਨਾਲ ਇਸ ਕਰਕੇ ਤੋੜਨ ਨੂੰ ਤਿਆਰ ਹਾਂ ਕਿ ਤੇਰੇ 99 ਗੁਣ ਪਸੰਦ ਹਨ ਪਰ ਤੇਰਾ ਇੱਕ ਗੁਣ ਨਹੀਂ ਪਸੰਦ, ਸੋ ਅਸੀਂ ਤੇਰੇ ਨਾਲ ਡਿਸਹਾਰਮਨੀ ਕਰਨ ਨੂੰ ਤਿਆਰ ਹਾਂ। ਸਾਡਾ ਇਹ ਵਾਲਾ ਐਟੀਟਿਊਡ ਇਸ ਹੱਦ ਤੱਕ ਕੰਮ ਕਰ ਚੁੱਕਾ ਹੈ ਕਿ ਜਦੋਂ ਰਕਾਬਗੰਜ ਲਾਵਾਂ ਹੋਈਆਂ ਸੀ ਤਾਂ ਲਾਵਾਂ ਦੇ ਬਾਰੇ ਮੈਨੂੰ ਪਤਾ ਵੀ ਨਹੀਂ ਸੀ ਕਿ ਇਸ ਤਰ੍ਹਾਂ ਹੋ ਜਾਂਦਾ। ਮੈਂ ਉਹਦੇ 'ਚ ਪਾਰਟੀਸਪੇਟ ਨਹੀਂ ਕੀਤਾ ਸੀ, ਮੈਂ ਤਾਂ ਵਾਜੇ ਪਿੱਛੇ ਬੈਠਾ ਹੋਇਆ ਸੀ। ਮੈਂ ਤਾਂ ਸਿੰਪਲ ਲਾਵਾਂ ਹੀ ਸਿੱਧੀਆਂ ਸਿੱਧੀਆਂ ਪੜ੍ਹੀਆਂ ਸੀ, ਮੇਰਾ ਨਾਂ ਰੱਖਿਆ ਗਿਆ ਪੁੱਠੀਆਂ ਲਾਵਾਂ ਪੜ੍ਹਨ ਵਾਲਾ। ਅੱਜ ਤੱਕ ਅਕਾਲ ਤਖ਼ਤ ਪੇਸ਼ ਹੋਣ ਤੋਂ ਬਾਅਦ ਕਿਤਨੀਆਂ ਸਾਰੀਆਂ ਸੰਸਥਾਵਾਂ ਨੇ ਜਿਹੜੀਆਂ ਕਹਿੰਦੀਆਂ ਇਹਨੂੰ ਬੋਲਣ ਨਹੀਂ ਦਿਆਂਗੇ, ਇਹਨੇ ਲਾਵਾਂ ਪੁੱਠੀਆਂ ਕਰਾਈਆਂ ਸੀ। ਅਸੀਂ ਜਾਂ ਤਾਂ ਇੱਕ ਪਾਸੇ ਅਕਾਲ ਤਖ਼ਤ ਦਾ ਸਿਸਟਮ ਕ੍ਰੀਏਟ ਕੀਤਾ ਹੋਇਆ, ਅਕਾਲ ਤਖ਼ਤ ਮੈਂ ਪੇਸ਼ ਵੀ ਹੋਇਆ ਉਸ ਦੇ ਬਾਵਜੂਦ ਵੀ, ਤਾਂ ਮੈਂ ਇਹ ਗੱਲ ਇਸ ਕਰਕੇ ਸਾਂਝ ਨਹੀਂ ਕਰ ਰਿਹਾ ਕਿ ਮੇਰੇ ਨਾਲ ਇਹ ਧੱਕਾ ਕੀਤਾ ਗਿਆ। ਮੈਂ ਇੱਥੇ ਕੰਪਲੇਂਟਸ ਕਰਨ ਨਹੀਂ ਆਇਆ ਕਿਉਂਕਿ ਪ੍ਰੋਗਰਾਮ ਦਾ ਨਾਲ ਰੱਖਿਆ ਗਿਆ ਸਾਂਝ ਕਿਵੇਂ ਕਰੀਏ। ਅਸੀਂ ਇੱਕ ਦੂਜੇ ਨਾਲ ਸਿਰਫ ਇਹਨਾਂ ਇਹਨਾਂ ਗੱਲਾਂ ਕਰਕੇ ਮੂੰਹ ਵੱਟੇ ਹੋਏ ਨੇ। ਮੈਂ ਔਖਾ ਵੇਲਾ ਲੰਘਾ ਲਿਆ, ਮੈਂ ਅਕਾਲ ਤਖ਼ਤ ਪੇਸ਼ ਹੋਇਆ, ਮੈਂ ਬਾਇੱਜ਼ਤ ਬਰੀ ਹੋ ਕੇ ਆ ਗਿਆ। ਲੇਕਿਨ ਜਿਹੜੀਆਂ ਸੰਸਥਾਵਾਂ ਅਕਾਲ ਤਖ਼ਤ ਨੂੰ ਮੰਨਦੀਆਂ ਉਹ ਸੰਸਥਾਵਾਂ ਅੱਜ ਸ਼ਬਦ ਵਿਚਾਰ ਨਹੀਂ ਕਰਨ ਦਿੰਦੀਆਂ। ਅਸੀਂ ਆਉਣ ਵਾਲੀ ਪਨੀਰੀ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਸੋਚਾਂਗੇ ਕਿ ਆਉਣ ਵਾਲੀ ਪਨੀਰੀ ਨੂੰ ਅਸੀਂ ਕੀ ਪੇਸ਼ ਕਰਨਾ ਹੈ। ਜਿਹੜਾ ਇੱਕ ਇਨਸਾਨ ਸਿਵਲ ਇੰਜੀਨੀਅਰ ਸੀ, ਉਹ ਆਪਣੀ ਸਿਵਲ ਇੰਜੀਨੀਅਰਿੰਗ ਛੱਡ ਕੇ ਪੈਸੇ ਨਾ ਕਮਾ ਕੇ 24/7
शब्द विचार वास्ते डेडिकेटिड है। लिविंग ट्रेजर शब्द विचार वास्ते पूरी तरह कामयाब है। मैं हैरान ही रह गया, पंजाबी यूनिवर्सिटी ने 5 दिन पहला मैं पता नहीं किस तरह रिकगनाइज़ कर लिया। उन्होंने बुला के कहा असी तुहानू रिकगनाइज़ करते हैं कि तुसी शब्द विचार करते हो, उन्होंने सन्मान दिता। पर संस्थावां आपस एक दूजे नाल लड़िया हुई ने, डिफरेंसिस ने। मैं खिमत जा चुका कि असी डिफरेंसिस छड़ के किहड़ा गुण चंगा है जिहड़ा असी अपनाया। असी निष्काम नाल छेक एंड किया, असी गुरसिख संजोग नाल छेक एंड किया, कौन बनेगा गुरसिख प्यार नाल छेक एंड किया, यूनाइटेड सिक्स नाल छेक एंड किया, असी खालसा एड्स नाल छेक एंड किया, कितने गुरुद्वारों नाल छेक एंड करके चलते हैं। सो द सेम वे असी पंथक सांझ, मेरे वीर राजवीर ने जिहड़ा उद्यम किया उहदे वास्ते सांझ करन नूं तैयार हाँ, क्योंकि असी सिख रहे हैं नवा समाज और बाणी दे अर्थ कर रहे हैं। सबको मीठा मापन कीना हम सब ना के साजन, इस नूं असी प्रैक्टिकल जीना सीख रहे हैं। असी इस नूं कह रहे हैं ना को मेरा दुश्मन रहा ना हम किसके बैराई, असी ये प्रैक्टिकल सीख रहे हैं। एक दूजे नूं जफ्फी पाते हैं, एक दूजे नाल सांझ पाते हैं, एक दूजे का भला सोचते हैं। जे ए वाले गुणा वाल असी ध्यान करांगे तां साडी सांझ बन सकती है, वरना असी बड़े गलत एटीट्यूड फस चुके हुए हैं। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਥ ਰਤਨ ਮਾਸਟਰ ਤਾਰਾ ਸਿੰਘ ਦੀ ਦੋਤੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਜਿੱਥੇ ਧਰਮ ਦੇ ਲਈ ਸਿਆਸਤ ਨੂੰ ਜ਼ਰੂਰੀ ਦੱਸਿਆ, ਉੱਥੇ ਹੀ ਆਮ ਸਿੱਖਾਂ ਨੂੰ ਵੀ ਅਪੀਲ ਕੀਤੀ ਕਿ ਉਹ ਘਰਾਂ ਵਿੱਚ ਆਪਣੇ ਬੱਚਿਆਂ ਨੂੰ ਸਿੱਖੀ ਜਾਚ ਸਿਖਾਉਣ। ਬਾਲਾ ਸਾਹਿਬ ਹਸਪਤਾਲ ਨਾਲ ਜੁੜੇ ਰਹੇ ਕੈਂਸਰ ਮਾਹਰ ਡਾਕਟਰ ਮਨਦੀਪ ਸਿੰਘ ਨੇ ਜਦੋਂ ਬੋਲਣਾ ਸ਼ੁਰੂ ਕੀਤਾ ਤਾਂ ਹਰ ਕੋਈ ਸੁਣ ਰਹਿ ਗਿਆ, ਕਿਉਂਕਿ ਉਹਨਾਂ ਦੀ ਸਿੱਧੀ ਸੱਟ ਗੁਰੂਆਂ ਦੇ ਨਾਂ ਤੇ ਚਲਾਏ ਜਾ ਰਹੇ ਹਸਪਤਾਲਾਂ ਤੇ ਵਿਦਿਅਕ ਅਦਾਰਿਆਂ ਤੇ ਸੀ, ਜਿਨ੍ਹਾਂ ਦੇ ਘਟੀਆ ਪ੍ਰਬੰਧ ਕਿਤੇ ਨਾ ਕਿਤੇ ਗੁਰੂਆਂ ਦਾ ਵੀ ਨਾਂ ਖਰਾਬ ਕਰਦੇ ਨੇ। ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰ, ਕੈਨ ਆਈ ਹੈਵ ਮਾਈ ਪ੍ਰੈਜੈਂਟੇਸ਼ਨ ਪਲੀਜ਼? ਬਾਲਾ ਪ੍ਰੀਤਮ ਕੈਂਸਰ ਕੇਅਰ। ਸਰ, ਇੱਕ ਸਿੰਪਲ, ਆਈ ਐਮ ਜਸਟ ਮਾਈ ਸਿੰਸੀਅਰ ਰਿਕੁਐਸਟ ਟੂ ਦੀ ਆਲ ਲੀਡਰਸ ਆਫ ਕਮਿਊਨਿਟੀ ਦੈਟ ਪਲੀਜ਼ ਗੁਰੂ ਸਾਹਿਬ ਦੇ ਨਾਮ ਪੇ ਅਗਰ ਕੋਈ ਇੰਸਟੀਟਿਊਸ਼ਨ ਸ਼ੁਰੂ ਕਰਤੇ ਹੈ ਤੋ ਉਸਕੋ ਪਲੀਜ਼ ਖਰਾਬ ਮਤ ਕਰੀਏਗਾ। ਵੈਨ ਪੀਪਲ ਸੇ ਗੁਰੂ ਹਰਕਿਸ਼ਨ ਹੋਸਪਿਟਲ ਇਜ਼ ਬੈਡ, ਵੈਨ ਪੀਪਲ ਸੇ ਗੁਰੂ ਹਰਕਿਸ਼ਨ ਹੋਸਪਿਟਲ ਮੇ ਚੋਰੀ ਹੋਤੀ ਹੈ, ਜਬ ਲੋਕ ਬੋਲਤੇ ਗੁਰੂ ਹਰਕਿਸ਼ਨ ਹੋਸਪਿਟਲ ਖੰਡਰ ਹੈ, ਗੁਰੂ ਸਾਹਿਬ ਕਾ ਨਾਮ ਖਰਾਬ ਹੋਤਾ ਹੈ। ਗੁਰੂ ਹਰਕਿਸ਼ਨ ਸਕੂਲ ਖਰਾਬ ਹੈ ਤੋ ਗੁਰੂ ਕਾ ਨਾਮ ਖਰਾਬ ਹੋਤਾ ਹੈ। ਸਰ, ਗੁਰੂ ਕਾ ਨਾਮ ਮਤ ਪਲੀਜ਼ ਖਰਾਬ ਕਰੋ, ਆਪ ਮੇਰੇ ਨਾਮ ਪੇ ਸਕੂਲ ਸ਼ੁਰੂ ਕਰ ਦੋ, ਮੇਰੇ ਨਾਮ ਪੇ ਹੋਸਪਿਟਲ, ਮੇਰੇ ਕੋ ਲੋਕ ਗਾਲੀਆਂ ਦੇ ਦੇ, ਮੁਝੇ ਕੋਈ ਫਰਕ ਨਹੀਂ ਪੜਤਾ। ਬਟ ਗੁਰੂ ਕੇ ਨਾਮ ਪੇ ਇੰਸਟੀਟਿਊਸ਼ਨ ਖਰਾਬ ਨਹੀਂ ਕਰੋ ਪਲੀਜ਼। ਦਿਸ ਇਜ਼ ਅ ਸਿੰਸੀਅਰ ਰਿਕੁਐਸਟ ਟੂ ਆਲ ਦੀ ਲੀਡਰਸ ਆਫ ਦੀ ਕਮਿਊਨਿਟੀ, ਪਲੀਜ਼ ਥਿੰਕ ਅਬਾਊਟ ਇਟ। ਵੈਨ ਅ ਰੋਡ ਸਾਈਡ ਰਿਕਸ਼ਾ ਵਾਲਾ ਸੇਜ਼ ਦੈਟ ਦਿਸ ਗੁਰੂ ਹਰਕਿਸ਼ਨ ਹੋਸਪਿਟਲ ਇਜ਼ ਅ ਬੈਡ ਹੋਸਪਿਟਲ, ਯੂ ਸੀ ਵੇਅਰ ਦੀ ਗੁਰੂ ਲੈਂਡਸ ਅਪ। ਦਿਸ ਇਜ਼ ਬਾਲਾ ਪ੍ਰੀਤਮ, ਆਈ ਐਮ ਹੇਅਰ ਟੂ ਪ੍ਰੋਟੈਕਟ ਦੀ ਨੇਮ ਆਫ ਬਾਲਾ ਪ੍ਰੀਤਮ। ਬਾਲਾ ਪ੍ਰੀਤਮ ਮੈਨੇ ਨਾਮ ਨਹੀਂ ਦਿਆ ਥਾ, ਅਗਰ ਮੇਰੇ ਬਸ ਹੋਤਾ ਤੋ ਮੈਂ ਕਭੀ ਬਾਲਾ ਪ੍ਰੀਤਮ ਨਾਮ ਨਹੀਂ ਦਿੱਤਾ। ਬਾਲਾ ਪ੍ਰੀਤਮ ਇਸ ਦੀ ਨੇਮ ਐਸ ਮਾਈ, ਆਈ ਹੈਵ ਅ ਵੈਰੀ ਲਿਮਿਟਡ ਨੌਲੇਜ ਆਫ ਸਿੱਖਿਜ਼ਮ, ਓਬਵੀਅਸਲੀ ਯੂ ਸੀ ਇਟ। ਬਟ ਮੇਰੀ ਮਾਂ, ਮੈਨੇ ਪੀ ਐਮ ਟੀ ਕਲੀਅਰ ਕੀਆ ਥਾ, ਮੈਨੇ ਬੋਲਾ ਥਾ ਮੈਨੇ ਪੀ ਐਮ ਟੀ ਕਲੀਅਰ ਕੀਆ, ਮੇਰੀ ਮਾਂ ਨੇ ਬੋਲਾ ਨਹੀਂ ਤੂੰ ਨੇ ਪੀ ਐਮ ਟੀ ਕਲੀਅਰ ਨਹੀਂ ਕੀਆ, ਗੁਰੂ ਨੇ ਪੀ ਐਮ ਟੀ ਕਰਾਇਆ। ਔਰ ਬਾਈ ਗੁਰੂਜ਼ ਗ੍ਰੇਸ ਆਈ ਵੁੱਡ ਟੈਲ ਯੂ ਦੈਟ ਆਈ ਵਾਜ਼ ਆਲ ਇੰਡੀਆ 67 ਰੈਂਕਰ, ਆਈ ਡਿਡ ਮਾਈ ਐਮ ਬੀ ਬੀ ਐਸ ਫਰੋਮ ਮੌਲਾਨਾ ਆਜ਼ਾਦ ਮੈਡੀਕਲ ਕਾਲਜ, ਆਈ ਡਿਡ ਮਾਈ ਜਨਰਲ ਸਰਜਰੀ ਫਰੋਮ ਗਾਂਧੀ ਮੈਡੀਕਲ ਕਾਲਜ ਭੋਪਾਲ, ਆਈ ਵਾਜ਼ ਸੈਕਿੰਡ ਰੈਂਕਰ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ, ਆਈ ਡਿਡ ਮਾਈ ਸਰਜੀਕਲ ਓਨਕੋਲੋਜੀ, ਆਈ ਵਾਜ਼ ਕੁਆਲੀਫਾਈਡ ਫਾਰ ਹੈਡ ਐਂਡ ਨੈਕ ਐਂਡ ਮਾਈਕਰੋਵੈਸਕੁਲਰ ਫੈਲੋਸ਼ਿਪ ਐਟ ਰੋਜ਼ਵੈਲ ਪਾਰਕ ਕੈਂਸਰ ਇੰਸਟੀਚਿਊਟ ਫਰੋਮ ਦੀ ਬੈਸਟ ਪਰਸਨ ਇਨ ਦੀ ਵਰਲਡ, ਡਾਕਟਰ ਮੋਨੀ ਅਬਰਾਹਮ ਆਈ ਹੈਵ ਬੀਨ ਟ੍ਰੇਨਡ ਫਾਰ ਬ੍ਰੈਸਟ ਕੈਂਸਰ, ਆਈ ਹੈਵ ਬੀਨ ਟ੍ਰੇਨਡ ਫਰੋਮ ਦੀ ਬੈਸਟ ਪਰਸਨ ਇਨ ਦੀ ਵਰਲਡ, ਦੈਟ ਇਜ਼ ਡਾਕਟਰ ਵੈਂਕਟ ਰਾਮਾਕ੍ਰਿਸ਼ਨਨ, ਦੈਟ ਇਜ਼ ਆਲ ਗੁਰੂਜ ਗ੍ਰੇਸ। ਸੋ ਇਫ ਆਈ ਸੇ ਦੈਟ I am the clinical lead of CK Birla at Guru Hospital, that is a corporate hospital. I work as a unit head at this age at Fortis Hospital Basant Kunj, but I am the convener of Bala Pritam Cancer Care. मैं रहूं या नहीं रहूं, बाला प्रीतम रहना चाहिए सर, बहुत जरूरत है लोगों की उसको। सो द कंसेप्ट क्या है बाला प्रीतम का? बाला प्रीतम का कंसेप्ट यह है सर कि क्वालिटी, क्वालिटी इज़ दी मोस्ट इम्पॉर्टेंट पार्ट ऑफ इट। अगर मैं एक सिख इंस्टीट्यूशन, मैं एक सिख हेल्थ केयर चलाऊंगा तो मेरी क्वालिटी सबसे ऊपर होनी चाहिए। इट शुड बी बेटर देन अ ब्लडी अपोलो, इट शुड बी एट पार विद ऑल इंडिया इंस्टीट्यूट ऑफ मेडिकल साइंसेज। इफ ज्यूज कैन डेवलप माउंट सिनाई हॉस्पिटल, व्हाई ए सिख कम्युनिटी कैन नॉट डेवलप अ हॉस्पिटल एट पार विद द वर्ल्ड्स बेस्ट? हम इतने गैर गुजरे हैं क्या?
जो हम ये भी नहीं कर सकते। दशमेश IAS अकैडमी दे हरप्रीत सिंह दा साफ तौर ते कहना सी कि मापियां दा जोर बच्चियां नू धर्म दे दायरे विच रख के विद्या दे नाल जोड़न ते होना चाहिए ता जो आने वालियां पीढ़ियां इन्हां दोवां नू नाल लैके अगे वध सकन। वाहिगुरु जी का खालसा, वाहिगुरु जी की फतेह। I'm Harpreet Singh and I'm representing Dashmesh IAS Academy, jo ki RK Puram te hega. It's in the premise of Guru Nanak Sabha Gurdwara. A little bit about the Dashmesh Academy. 1971 te Gurdwara Sahib us established hoya si. Us to baad, kuch saal baad, Dr. Harmeet Singh Rehan, jo ki head karde hain udhar, he started free computer education to literate the students. उस तो बाद स्कूल की कोचिंग वास्ते भी बच्चों को असिस्ट करना शुरू किया उन्होंने। एंड इन 2012 एक गुरु गोबिंद सिंह जी ने एक चीज़ कही सी, दे अ टाइम विल कम जब मेरा सिख टॉप एडमिनिस्ट्रेटिव पोजिशंस पर होएगा। तो उस स्पिरिट के नाल डॉक्टर रिहान ने सिविल सर्विस की कोचिंग स्टार्ट की 2012 उस इंस्टीट्यूशन से। तो उस तो बाद इस इंस्टीट्यूशन के अंदर डॉक्टर रिहान की करते हैं कि JNU के प्रोफेसर्स, दिल्ली यूनिवर्सिटी के प्रोफेसर्स, टॉप प्रोफेसर जो टॉप इंस्टीट्यूट्स जो चार्ज करते हैं 1-1-2-2 lakh रुपीज़ फीस, वो फ्री ऑफ कॉस्ट सिविल सर्विस की एजुकेशन उस इंस्टीट्यूट से मिलती है और मैं उसी इंस्टीट्यूट का एक स्टूडेंट हैगा। तो सब तो वही गल ये चीज़ है कि स्टूडेंट्स को प्रमोट करने वास्ते वो ये तक बोलते हैं कि आई विल गिव यू द एक्सपेंडिचर ट्रैवलिंग का। जब स्टूडेंट की 3-3 क्लासेज होती है, इस लंगर भी होंगे जो कि हर बच्चे प्रोवाइड होंगे टू लेवर दैम दैट दे कम हेयर एंड द सिक्स आर इम्पावर्ड। सी एक स्टेटस एक रिपोर्ट आई सी, उससे एक चीज़ सी कि 2017 137 स्टूडेंट्स जो से माइनॉरिटी कम्युनिटी तो सिविल सर्विसेज सिलेक्ट हुए, उस विचों सिर्फ 10 सिख से, 52 मुस्लिम स्टूडेंट्स है। सो द प्रॉब्लम इज दैट इन स्पाइट ऑफ द फैक्ट दैट सिख द स्टेटस लिविंग द या ओ मच बेटर दैन द मुस्लिम कम्युनिटी एंड अदर कम्युनिटी, स्टिल वाई दिस गैप इज देयर। मैं एक और एग्जाम्पल देना, आई वॉज गिविंग द प्रिलिमिनरी एग्जामिनेशन फ्रॉम देहरादून, आई एम फ्रॉम देहरादून, आई केम टू दिल्ली। Out of the thousands or about 1500 students who were giving the preliminary examination, I was the only Sikh who was giving the exam that time. When I gave the mains examination, out of the 300 students, only Sikh I was there who was giving the examination. So the problem is that the people, the parents are not motivated or not that supporting that their children come into this field. See, if you want to change the system, or the system they change karna hai, you have to have your representatives in the system itself. So एक तुम एग्जाम्पल देना, मैं जब पिछली बार एग्जाम देता सी, आई फेल्ड इन द एग्जामिनेशन। आई स्टिल रिमेंबर सर हैड कम टू दशमेश IAS अकेडमी, ही हैड मोटिवेटेड मी दैट टाइम ऑल्सो। तो मैंने डॉक्टर रिहान ने बोला, सर मैं नहीं कर सकता एग्जाम, ये पॉसिबल नहीं है मेरे वास्ते। तो उन्होंने बोला कि बेटा, मैंने उन्होंने पूछा, सर मैं की करा? सर ने बोला, कम करो, तुम गुरुद्वारे जाते हो वैसे? मैंने बोला, नहीं सर, विजिट नहीं कर पाना। तो डू वन थिंग, यू एक्सपेरिमेंट दिस थिंग। यू मेरा जो PG सी दिल्ली थे, वो गुरुद्वारा नानक सर तो बिल्कुल नज़दीक है। So he told me, go there every day and do seva. So what happened is, I had a little bit of attitude that I'm preparing for civil services examination. So what happened was, after doing that seva and combining the civil services with religion, that is Sikhi, the galat attitude, and the positive results started coming. I started qualifying the civil service examination. I was actually earlier selected as an assistant commandant in the BSF, that is equivalent to deputy superintendent of police. And then I left that for civil service preparation again. I'm continuing with that. So little bit of recommendation that I want to give, that I want that the parents should motivate their children to come into this field. This Dashmesh IAS Academy is completely free of cost education. Please mobilize this thought among others gurdwaras. Like, for example, the gurdwaras can collaborate with each other. This message, the digital marketing thing can be connected to this. The finances is not an issue with, because we are self-generating institution. Then collaboration can be done. Minority education institution, like various institution are there in Delhi. You can collaborate and spread the message that this field is there. You can come into it and serve the society. So the motto or the mission of this Dashmesh IAS Academy is Vidya Vichara to Parapkari. So true learned person is one who works for others. And this civil services field is a field where you can benefit from the country and obviously the Sikh society. So please spread this message. It's free of cost. Please join, and with the ardent will, you can succeed ho sakde aasi and work for the community as well. Vaheguru Ji Ka Khalsa, Vaheguru Ji Ki Fateh. ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਬੁਲਾਰੇ ਸਨ ਜਿਨ੍ਹਾਂ ਨੇ ਸਿੱਖ ਸਿਆਸਤਦਾਨਾਂ ਵੱਲੋਂ
ਗੁਰਦੁਆਰਿਆਂ ਦਾ ਸਿਆਸੀਕਰਨ ਕਰ ਦੇਣ ਬਾਰੇ ਡੂੰਘੀ ਚਿੰਤਾ ਜਤਾਈ ਤੇ ਗੁਰਦੁਆਰਾ ਚੋਣ ਸਿਸਟਮ ਤੋਂ ਖਹਿੜਾ ਛਡਾਉਣ, ਨੌਜਵਾਨ ਪੀੜ੍ਹੀ ਨੂੰ ਸੰਭਾਲਣ, ਬੱਚਿਆਂ ਨੂੰ ਮਾਂ ਬੋਲੀ ਨਾਲ ਜੋੜਨ, ਜਥੇਬੰਦਕ ਢੰਗ ਨਾਲ ਘੱਟੋ ਘੱਟ ਸਾਂਝ ਪ੍ਰੋਗਰਾਮ ਉਲੀਕ ਕੇ ਸਿੱਖ ਪੰਥ ਦੀ ਚੜ੍ਹਦੀ ਕਲਾ ਦੇ ਟੀਚੇ ਸਰ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਤੇ ਵੱਖੋ ਵੱਖ ਢੰਗ ਨਾਲ ਅਜੋਕੇ ਸਮੇਂ ਵਿੱਚ ਸਿੱਖਾਂ ਨੂੰ ਇਕਜੁੱਟ ਹੋਣ ਬਾਰੇ ਗੱਲ ਕੀਤੀ। ਪਰ ਇੱਥੇ ਪੁੱਜੀ ਸ਼ਾਇਦ ਸਭ ਤੋਂ ਛੋਟੀ ਉਮਰ ਦੀ ਬੱਚੀ ਨੇ ਜਦੋਂ ਅੱਜ ਦੀ ਪੀੜ੍ਹੀ ਨੂੰ ਦਰਪੇਸ਼ ਮੁਸ਼ਕਲਾਂ ਤੇ ਪਰੇਸ਼ਾਨੀਆਂ ਦੀ ਗੱਲ ਕੀਤੀ ਤਾਂ ਉਸ ਦੇ ਤਿੱਖੇ ਤੇ ਸਪਸ਼ਟ ਸਵਾਲਾਂ ਨੇ ਹਰ ਕਿਸੇ ਨੂੰ ਸੋਚਣ ਤੇ ਮਜਬੂਰ ਕਰ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਪੰਥਕ ਸਾਂਝ ਦੇ ਇਸ ਪਲੈਟਫਾਰਮ ਤੇ ਆਪਣੇ ਕੁਝ ਸਵਾਲ ਸਾਂਝੇ ਕਰਨ ਆਈ ਹਾਂ। ਮੇਰੀ ਉਮਰ 22 ਸਾਲ ਹੈ ਤੇ ਮੇਰੇ ਵਰਗੇ ਹੋਰ ਵੀ ਨੌਜਵਾਨ ਬੱਚੇ ਹੋਣਗੇ ਜਿਨ੍ਹਾਂ ਦੇ ਉਹੀ ਕੁਝ ਸਵਾਲ ਹਨ ਕਿ ਆਪ ਜੀ ਮੇਰੀ ਮਦਦ ਕਰ ਸਕਦੇ ਹੋ। ਮੈਂ ਸਿੱਖ ਕਿਉਂ ਬਣਾ, ਕਿਵੇਂ ਮਾਣ ਹੋਵੇ ਮੈਨੂੰ ਆਪਣੇ ਸਿੱਖ ਹੋਣ ਤੇ, ਕਿਵੇਂ ਇਸ ਸਰਦਾਰੀ ਨਾਲ ਮੇਰੀ ਵੱਖਰੀ ਪਹਿਚਾਣ ਹੋਵੇ। ਜੇ ਮੈਂ ਆਪਣੀ ਪੜ੍ਹਾਈ ਤੇ ਆਪਣੀ ਸਿੱਖੀ ਵਿੱਚ ਮੇਲ ਬਿਠਾਉਣਾ ਹੈ, ਮੈਂ ਕਿਵੇਂ ਮੈਨੇਜ ਕਰਾਂ? ਕਿਹੋ ਜਿਹਾ ਜੀਵਨ ਹੋਣਾ ਚਾਹੀਦਾ ਹੈ ਮੇਰਾ? ਹੈ ਕਿਸੇ ਦਾ ਜੀਵਨ ਜੋ ਮੈਨੂੰ ਸਮਝਾ ਸਕੇ? ਸੇਵਾ ਕੀ ਹੈ, ਜੋੜੇ ਝਾੜਨਾ ਜਾਂ ਇਲੈਕਸ਼ਨ ਵਿੱਚ ਜਿੱਤ ਕੇ ਆਉਣਾ? ਮੈਂ ਕਿਉਂ ਜੋੜੇ ਝਾੜਾਂ, ਝਾੜੂ ਮਾਰਾਂ? ਮੈਂ ਕਿਉਂ ਨਾ ਇਲੈਕਸ਼ਨ ਵਿੱਚ ਲੜ ਕੇ ਆਪਣਾ ਸਟੇਟਸ ਉੱਚਾ ਕਰਾਂ? ਮੈਂ ਗੁਰਦੁਆਰੇ ਕਿਉਂ ਜਾਵਾਂ? ਰੱਬ ਤਾਂ ਮੇਰੇ ਦਿਲ ਵਿੱਚ ਹੈ, ਮੈਨੂੰ ਗੁਰਦੁਆਰੇ ਜਾਣ ਦੀ ਕੀ ਲੋੜ ਹੈ? ਸਿਮਰਨ ਕੀ ਹੈ, ਮੈਂ ਕਿਉਂ ਕਰਾਂ, ਕੀ ਮਿਲਦਾ ਮੈਨੂੰ? ਕਿ ਰੱਬ ਸਿਰਫ ਅੰਮ੍ਰਿਤ ਛਕਣ ਵਾਲਿਆਂ ਨੂੰ ਹੀ ਮਿਲਦਾ? ਰਹਿਤ ਮਰਿਆਦਾ ਕੀ ਹੈ, ਇਹ ਸਾਡੀ ਲਾਈਫ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ? ਇੱਕ ਵਾਰ ਮੈਂ ਆਪਣੇ ਇੱਕ ਸਿੱਖ ਫਰੈਂਡ ਨਾਲ ਗੱਲ ਕਰ ਰਹੀ ਸੀ ਸਿੱਖ ਹਿਸਟਰੀ ਬਾਰੇ ਕਿ ਅਚਾਨਕ ਉਹਨੇ ਮੈਨੂੰ ਕਿਹਾ, ਯਾਰ ਤੂੰ ਪਾਗਲ ਹੋ ਗਈ ਹੈ, ਮਾਡਰਨ ਹੋ ਜਾ ਥੋੜ੍ਹੀ। 550 ਸਾਲ ਪੁਰਾਣੀ ਸਿੱਖੀ ਕੀ ਕਿਆ ਅੱਜ ਵੀ ਕੋਈ ਰੈਲੇਵੈਂਸ ਹੈ? ਕਿਉਂ ਮਾਨੇ ਸੇ ਹਮ? ਮੈਂ ਆਪ ਜੀ ਕੋਲੋਂ ਪੁੱਛਣਾ ਚਾਹੁੰਦੀ ਹਾਂ ਕਿ ਸਾਡੀ ਸਿੱਖੀ ਵਾਕਈ ਇੰਨੀ ਪੁਰਾਣੀ ਹੋ ਗਈ ਹੈ? ਕਿ ਗੁਰਬਾਣੀ ਸਾਡੇ ਅੱਜ ਦੇ ਸਮਾਜ ਦੇ ਪ੍ਰੋਬਲਮਸ ਦਾ ਹੱਲ ਕਰ ਸਕਦੀ ਹੈ? ਡਿਪਰੈਸ਼ਨ, ਐਗਜ਼ਾਇਟੀ, ਇਮੋਸ਼ਨਲ ਅਟੈਚਮੈਂਟ, ਫੀਅਰ ਅਤੇ ਹੋਰ ਬਿਮਾਰੀਆਂ, ਸੋਸ਼ਲ ਇਸ਼ੂਜ਼ ਲਾਈਕ ਡੇਟਿੰਗ, ਬ੍ਰੇਕਅਪ, ਪੋਰਨੋਗ੍ਰਾਫੀ, ਡਾਇਵੋਰਸ, ਮੈਸਟਰਬੇਸ਼ਨ, ਰੇਪ, ਨਸ਼ਾ ਅਤੇ ਪਤਿਤਪੁਣਾ ਕਿਉਂ ਵੱਧ ਰਿਹਾ ਹੈ? ਕਿਉਂ ਅੱਜ ਬੱਚਾ ਬੱਚਾ ਛੋਟੀ ਛੋਟੀ ਗੱਲਾਂ ਲਈ ਇੰਨਾ ਪਰੇਸ਼ਾਨ ਹੈ? ਸਭ ਕੁਛ ਹੁੰਦੇ ਹੋਏ ਵੀ ਇੰਨਾ ਖਾਲੀਪਨ ਕਿਉਂ? ਕੀ ਗੱਲ ਸੀ ਉਹਨਾਂ ਦੇ ਅੰਦਰ ਜਿਸ ਕਰਕੇ ਭਾਈ ਮਨੀ ਸਿੰਘ ਜੀ ਵਰਗਿਆਂ ਨੇ ਬੰਨ ਬੰਨ ਕਟਵਾ ਕੇ ਵੀ ਸੀ ਨਹੀਂ ਸੀ ਕੀਤੀ? ਕਿੱਥੇ ਨੇ ਉਹ ਸਾਨੂੰ ਜੀਵਨ ਜਿਉਣ ਦੀ ਜਾਤ ਸਿਖਾਉਣ ਵਾਲੇ? ਕੋਈ ਹੈ ਸਿੱਖ ਹੈਲਪਲਾਈਨ ਜਿਹੜੀ ਸਾਡੇ ਸਵਾਲਾਂ ਦਾ ਜਵਾਬ ਦੇ ਸਕੇ? ਜੇ ਮੈਂ ਆਪਣੀ ਜ਼ਿੰਦਗੀ ਵਿੱਚ ਲਾਈਫ ਪਾਰਟਨਰ ਚੂਜ਼ ਕਰਨਾ, ਮੈਂ ਸਿੱਖੀ ਦੇ ਅਨੁਸਾਰ ਕਿਵੇਂ ਕਰਾਂ? ਜਦ ਮੈਂ ਆਪਣੇ ਘਰ ਦੇ ਵੱਡਿਆਂ ਨੂੰ ਆਪਸ ਵਿੱਚ ਲੜਦੇ ਵੇਖਦੀ ਹਾਂ, ਕਿੱਥੇ ਚਲੀ ਜਾਂਦੀ ਹੈ ਉਸ ਵੇਲੇ ਸਾਡੀ ਸਿੱਖੀ? ਜੇ ਮੈਂ ਸਿੱਖੀ ਵਿੱਚ ਰਹਿ ਕੇ ਵੀ ਲਾਈਫ ਨੂੰ ਇੰਜੋਏ ਕਰਨਾ ਹੈ, ਮੈਂ ਕਿਵੇਂ ਕਰ ਸਕਦੀ ਹਾਂ? ਗੁਰੂ ਸਾਹਿਬ ਦੇ ਸਾਨੂੰ ਬਖਸ਼ੇ ਹੋਏ ਸੰਤ ਸਿਪਾਹੀ ਦੇ ਕੰਸੈਪਟ ਦੀ ਅੱਜ ਦੇ ਸਮੇਂ ਵਿੱਚ ਕੋਈ ਇੰਪੋਰਟੈਂਸ ਹੈ? ਜੇ ਹੈ, ਕੌਣ ਸਮਝਾਏਗਾ ਅੱਜ ਦੀ ਯੂਥ ਨੂੰ? ਅੱਜ ਦੀ ਜਨਰੇਸ਼ਨ ਗੁਰਦੁਆਰੇ ਜਾਣ ਦੀ ਬਜਾਏ ਕਲੱਬਸ ਜਾਂ ਮੌਲਸ ਵਿੱਚ ਜਾਣਾ ਜ਼ਿਆਦਾ ਪ੍ਰੈਫਰ ਕਰਦੀ ਹੈ, ਕਿਉਂ? ਅੱਜ ਦੇ ਯੂਥ ਨੂੰ ਗਾਈਡ ਕਰਨ ਵਾਲਾ ਕੋਈ ਸਿੱਖ ਹੈ ਜਿਹੜਾ ਉਹਨਾਂ ਦੇ ਬੇਸਿਕ ਕੁਐਸਚਨਸ ਦਾ ਆਨਸਰ ਦੇ ਸਕੇ? ਤੇ ਬਿਨਾਂ ਗਾਈਡੈਂਸ ਦੇ ਅੱਜ ਦੀ ਯੂਥ ਨੂੰ ਗਲਤ ਰਸਤੇ 'ਤੇ ਚੱਲਣ ਲਈ ਕੋਈ ਨਹੀਂ ਰੋਕ ਸਕਦਾ, ਕੋਈ ਵੀ ਨਹੀਂ। ਮੈਂ ਆਪ ਜੀ ਅੱਗੇ ਬੇਨਤੀ ਕਰਦੀ ਹਾਂ ਕਿ ਆਪ ਜੀ ਸਾਰੇ ਸਾਡੇ ਅੱਜ ਦੀ ਸਮਾਜ ਦੀ, ਸਾਡੀ ਯੂਥ ਦੀ ਪਰੇਸ਼ਾਨੀਆਂ ਦਾ ਹੱਲ ਕੱਢਣ ਲਈ ਪੰਥਕ ਸਾਂਝ ਵਿੱਚ ਵੱਧ ਤੋਂ ਵੱਧ ਪਾਰਟਿਸਿਪੇਟ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਕਰੀਬਨ ਡੇਢ ਦਹਾਕਾ ਪਹਿਲਾਂ ਦਿੱਲੀ ਵਿੱਚ ਖਾਲਸਾ ਵਾਤਾਵਰਣ ਪ੍ਰੋਜੈਕਟ ਸ਼ੁਰੂ ਕਰਨ ਵਾਲੇ ਸਰਦਾਰ ਰਾਜਬੀਰ ਸਿੰਘ ਆਟੋਪਿਨ ਨੇ ਸਭ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਢੰਗ ਨਾਲ ਇਕੱਠੇ ਹੋਣ ਅਤੇ ਆਪ ਅਗਵਾਈ ਕਰਨ। ਉਹਨਾਂ ਬੜੀ ਹਲੀਮੀ ਨਾਲ ਕਿਹਾ ਕਿ ਮੈਨੂੰ ਤਾਂ ਭਾਵੇਂ ਜੋੜਿਆਂ ਦੀ ਸੇਵਾ ਲਈ ਹੀ ਰੱਖ ਲਿਆ ਜਾਵੇ, ਮੈਂ ਇਸ ਵਿੱਚ ਵੀ ਖੁਸ਼ ਰਹਾਂਗਾ। ਵੀ ਹੈਵ ਟੂ ਮੈਨੇਜ ਗੁਰਦੁਆਰਾਸ, ਸੇਵਾ ਕਰਨੀ ਹੈ, ਲੰਗਰ ਕਰਨਾ ਹੈ, ਸਾਨੂੰ ਕੀ ਲੋੜ ਹੈ ਲੜਨ ਦੀ ਆਪਸ ਵਿੱਚ? ਉਹਦੇ ਲਈ ਇੱਕ ਪ੍ਰੇਮ ਦੀ ਸਾਂਝ ਪਾਣੀ ਹੈ। ਸਾਨੂੰ ਗੁਰੂ ਨੇ ਕਿਹਾ ਭਾਸ਼ਾ ਕਿਹੜੀ ਹੈ ਰੱਬ ਦੀ? ਉਹ ਭਾਵਨਾ ਹੈ। ਬਿਨਾਂ ਭਾਵਨਾ ਦੇ ਨਾ ਸਿਮਰਨ ਹੈ ਨਾ ਸੇਵਾ ਹੈ।
असी भावना दे विच जाना है, वी गो बैक टू लव, प्रेम, आपसी सांझ, वी हैव टू रीआइडेंटिफाई आर सेंटर्स ऑफ लव फॉर ईच अदर। एक अमरीका विच एक शामियन ट्राइब है, वह बड़ी प्यारी गल करते हैं, वह यू नहीं कहते, यू आर दी अदर मी, तुसी मेरे ही हो, थोड़े और मेरे विच कोई भेद नहीं, सिर्फ अज्ञान का भेद है। और अज्ञान महाराज ने नाम नाल सानू ज्ञान बख्शिया, शब्द नाल जोड़िया, वो साडे आपसी वितकरा हटांदा है। फाउंडेशन ले करनी पेगी शब्द की, दोबारा शब्द के आसरे ते सांझ, शब्द के आसरे ते प्रेम। यह जिहड़े वीर ने, मैं अज संकोच नहीं करदा, यह कुछ साल पहले कई साल मेरे नाल 2:30 बजे 3 बजे अनेरे च शब्द कीर्तन अभ्यास करते रहे, यह उत्थों फेथ बनिया, यह उत्थों प्रेम बनिया। और मैं तो सिर्फ यह बेनती कर रहा पंथ नूं कि अपने सल्यूशन अपन हथी अपना आपे ही काज सवारी। यह डॉक्टर्स का पैनल है, यह सब डेडिकेटेड लोग ने, यह कोई कमिश्ना नहीं खाणगे, कोई धोखा नहीं करनगे। वी हैव द सॉफ्टवेयर, असी खंडरां पिछे भजदे जांदे आ। वी हैव गिवन टू मच इंपॉर्टेंस टू बिल्डिंग एंड फॉरगॉटन द सॉफ्टवेयर। शब्द साडा आधार है, असी तो शब्द के आधार से टेंदे गुरुद्वारे भी खड़े कर ले, पर अज खड़े गुरुद्वारियां तो शब्द की इंस्पिरेशन नहीं ले पा रहे। सांझ पानी पेगी सानू शब्द की, सेवा की, और उत्थों एक जत्थेबंदी खड़ी करनी पेगी। आपनों मैं रिक्वेस्ट करदा कि जेड़ा है यतन है, इसनों असी स्ट्रक्चर देईए। एक डॉक्टर्स का पैनल, एक CA का पैनल, एक लॉयर्स का पैनल, नाल जेड़े गुरमत विचार गुरमत प्रचार करने वो पैनल, एक वर्किंग ग्रुप सिख संगत का बन जाए विदाउट पॉलिटिक्स। और मैनू तुसी बाहर बिठाना जुत्तियां दे उत्ते, मैं जुत्ते साफ करा, मैनू कुछ नहीं चाहिए। पंथ की दर्द बहुत हो गया, साढ़े गुरु ने सानू यह नहीं सिखाया जो असी सीखिया, साढ़े गुरु ने सानू प्रेम सिखाया, साढ़े गुरु ने सांझ सिखाई, और अज उस विरसे नू भुल के असी किधर आ गए हैं। सानू होश आनी चाहिए, हुण भी नहीं होश आएगी तो कदों आई होश। अज दिल्ली की संगत एक एग्जाम्पल बन जाए, दुनिया के जयकारा बोलीए, एक गुरु हरकृष्ण हॉस्पिटल मुड़ खड़ा करिए, पंथ के जेड़े दर्दी ने वो नाल लगन, एट द नस एंड फाइंड द लव फॉर ईच अदर एंड गुरु, एंड स्टॉप डिवाइडिंग द कम्यूनिटी इन टू समॉल समॉल पीसिस। अलग अलग इशूज़ के उत्ते असी आपस में लड़ पैंदे हाँ, दो दी तीजी गल हुंदी है ते होर ही कुछ माहौल बन जाता है। असी तो सांझ पाण आए हाँ, और सांझ पाई। मैं आपका सब का वंडियां का धन्यवाद करदा, तुसी आए एक कमले की गल ते आ गए, पर इसते मैं चाहुंदा दिल्ली संगत इकट्ठी होकर एक प्लेटफॉर्म खड़ा कर ले, एक वर्किंग ग्रुप खड़ा कर ले, फिर उस प्रेम की सांझ तो असी सब सल्यूशन लब लाँगे। कॉमन परस्पेक्टिव होना चाहिए, तेरी और मेरी विच फर्क नहीं होना चाहिए। इतनी बेनती प्रवान करनी महाराज, कुछ असी रेजोल्यूशन बनाए है, यह पढ़ देंगे थोनू, जो असी अज की मीटिंग तो समझिया वो रेजोल्यूशन आपनू पढ़न लगे, इनू अगे किस तरह ले जाना। वाहेगुरु जी का खालसा, वाहेगुरु जी की फतेह। जो वीर जी उन्हें गल कर रहे थे रेजोल्यूशनस की, असं उन्होंने आपस में पढ़ लीए ताकि पक्की हो जाइए, जी साड़ी अज गल हुई ने, वट एवर वी हैव हर्ड अबाउट, वट एवर वी हैव स्पोकन, असं उन्होंने पूरा एकदम रेजोल्यूट कर लिए कि असं एवं करना। सो वी आर स्टार्टिंग विद द फॉलोइंग रेजोल्यूशन अडॉप्टेड इन अ मीटिंग ऑफ पंथक सांझ हेल्ड एट भाईवीर सिंह सदन टूडे, दैट इज 24th of February। रिजॉल्व दैट वर्किंग नॉन पोलिटिकल ग्रुप नोन एज पंथक सांझ will be under the guidance of Shri Guru Granth Sahib Ji and Guru Panth, that is you, all of you, and the issues will be addressed in the light of Guru Shabad. That is our resolution number one. Resolution number two is that Sikhs belonging to Delhi and NCR will collaborate together as Panthak Sanj, a networking organization which will work towards Gurmat Prachar through Gurmat camps. Asi badi der to gal kar rahe si, Gurmat camps are very much important. So Gurmat camps, youth and children will be associated there. Promotion of Punjabi language in our hearts, in our houses, and among each other. Asi hun bhale English vich gal zarur kar rahe hain, but Punjabi language is our mother tongue, we should remember that. And Kirtan. The group will also promote seva in the field of medical, education, legal matters, career networkings, and other fields which the group will think is going to be fit for us. Various affiliated organizations, jithe aap sare alag alag organizations to aaye hue ho, will be resolved to network, discuss, dialogue, and work together the collaborative environment to form a core group. This core group will be an organization structure of Panthak Sanj. A committed time schedule, every commitment has a time schedule that has to be done.
and interactive sessions. The sessions is not one way. They have to be interactive among ourselves. With, you know, interactive session will be finalized. Apart from that, the group will be working towards the Doctors for Seva, Gurmat Prachar, Gurmat Camps, Career Networking, CAs and Lawyers for Seva. Other networking groups also will be formed in few weeks. Separate coordinators will be made for these groups to make them effective. It is also resolved that various Seva organizations will work collaboratively and not in competitive fashion. We don't want that a single Seva should be held in a way that we are competing with each other. Bar bar, we will not talk about same Japji Sahib part to be done with. We will be talking about Seva doing togetherness. To mark the 550th birth anniversary of Guru Nanak Dev Ji, part both Samagam of Japji Sahib, which is the common ground of Sanj for Sikhs, will be arranged in all parts of Delhi NCR with the support of various Singh Sabha Gurdwaras and religious organizations. And lastly and mainly, we welcome all of you, any participation in form of Sikh religious groups, Jathebandis within Delhi NCR, hope to further enhance the practice of Naam, Seva and Simran inspired by Guru Nanak Dev Ji. Vaheguru Ji Ka Khalsa, Vaheguru Ji Ki Fateh. Vaheguru Ji Ka Khalsa, Vaheguru Ji Fateh. Sat Sangat Ji, main Indian Navy de vich 34 saal service kiti hai. Main Kashmir da rehne wala, Kashmir di gal kafi hoi hai. ते मैं गुरु नानक देव जी, गुरु हरगोबिंद साहब, गुरु हर राय साहब का जरा ट्रैवल से कश्मीर, जम्मू कश्मीर ते लद्दाख के उपर किताब मेरी सी हिस्टोरिकल सिख श्राइन ऑफ जम्मू एंड कश्मीर. फिर मैं किताब ली सी लद्दाख गुरु नानक दे उपर ही लद्दाख एंड नानक रिमपोचे. ते मेरी तीसरी किताब दिल्ली में रिलीज हुई सी 30 तरीक नूं, उहदा नां है कश्मीर डिवाइन कनैक्ट एंड सिख रूल. पिछले 7 दिनों तो मैं बड़ी टीवी चैनल के उपर डिबेट की है. तो एक पहली दफा एक ऐसा मुद्दा जिहड़ा सिखां दे नाल, कश्मीर दे सिखां दे नाल सी, उहनूं मैं नैशनल लैवल ते लिआया. वो ये सी सर, असी सारे मार्टिरम दी गल कीती है. जम कश्मीर जिहड़ा है वो इंटीग्रल पार्ट जिहड़ा बणिआ है साडे हिंदुस्तान दा, उत्थे कश्मीर दे हज़ारां सिखां दी मार्टिरम होई दी है 1947 दे विच. उहनूं किसे ने वी अज तक अगे नहीं लिआया. तो मैं सर तुहानूं सिर्फ इतना कहना चाहुंदा सां, क्योंकि तुसीं कहा दिल्ली एंड NCR, तो मैनूं लगदा उहदा थोड़ा मॉडिफाई कर दो. Just keep it Sikhs. That is, वो अगे तुहाड़ी मर्जी है सर. तो ये मेरा सी विचों, मेरे दिल विचों आ गया सी. असी भी जुड़ना चाहते हैं. मैं ये भी कहना चाहता सर, जिन्हें भी थे ऑर्गनाइजेशनज ने एज ए नेवल ऑफिसर कैरियर प्रोस्पेक्ट्स के वास्ते या होर किसी गल के वास्ते अगर मेरी जरूरत है, बलजीत जी मैं जानते हैं, मैं जब भी तुम बुलाओगे मैं हाजिर हो जाऊँगा. वाहेगुरू जी का खालसा, वाहेगुरू जी फतेह. पंजाबी वर्जन एक मते दा पंजाब. प्लीज संगत संगत, प्लीज प्लीज़ आप जी इन्ने ट्रम्मे नाल इन्ने सबर ना बैठे हो. एक एक एग्जाम्पल पेश किया, वर्ल्ड वाइड है लाइव टैलीकास्ट होया है कि संगत दे विच लिसनिंग किन्नी है, दर्द किन्ना, पेन किन्ना, तो राह कि लभ रही है. उसनू अपने रूह के हाण की खुराक नहीं लभ रही, उसकी तलाश च है. यह तुसी सबूत दिता है. तो देखो जिहड़े हुण असी राजवीर वीर जी ने सारा कुछ सोच सब कुछ उन्हां दी है, और आप स्टेज पर नहीं आए, सानू सारे नूं स्टेज पर चाड़ता, आप नीचे रहे हैं. यह की संदेह है, असी पंथ कित्थे जा रहे हैं और पंथ है कित्थे? आप प्लीज़ है पंजाबी वर्जन सुन लो मते दा. प्लीज़ वाहिगुरु जी का खालसा, वाहिगुरु जी की फतेह. 24 फरवरी 2019 नूं भाई वीर सिंह साहित्य सदन विच हुई पंथक सांझ की इकत्रता विच हेठां दिते गए मते पास किते गए. ये मता किया गया कि गैर राजनीतिक ग्रुप पंथक सांझ दा कारज गुरु ग्रंथ अते गुरु पंथ की अगवाई हेठ होवेगा, अते सारे मसले गुर शब्द श्री गुरु ग्रंथ साहिब जी की रोशनी विच संबोधित किते जाणगे. मता किया गया कि दिल्ली राजधानी खेतर दे सिखां दा ग्रुप एकजुट होके पंथक सांझ वजों कारज करन लई तैयार है, अते ए एक नेटवर्किंग संस्था होवेगी जो कि नौजवानां अते बच्चियां लई गुरमत कैंपां दे राही गुरमत प्रचार, पंजाबी प्रचार प्रसार, कीर्तन सिखलाई दे कारज करेगी. इस तो इलावा ए ग्रुप मेडिकल खेतर, सिख्या, कानूनी मसलियां, कैरियर नेटवर्किंग अते होरना खेतरां विच भी सेवा करेगा जो ग्रुप नूं ठीक लगेगा. वख वख संस्थावां ने ए मता किता कि आपसी तालमेल, चर्चा, संवाद
ਅਤੇ ਇਕੱਠਿਆਂ ਕਾਰਜ ਕਰਕੇ ਇੱਕ ਕੋਰ ਗਰੁੱਪ ਬਣਾਇਆ ਜਾਵੇ। ਇਹ ਕੋਰ ਗਰੁੱਪ ਪੰਥਕ ਸਾਂਝ ਨੂੰ ਇੱਕ ਸੰਸਥਾਗਤ ਬਣਤਰ ਦੇਵੇਗਾ। ਵਰਕਿੰਗ ਗਰੁੱਪਾਂ ਦੀਆਂ ਮੀਟਿੰਗਾਂ ਅਤੇ ਤਾਲਮੇਲ ਸੈਸ਼ਨਾਂ ਦੀ ਨਿਸ਼ਚਿਤ ਸਮਾਂ ਸਾਰਣੀ ਤੈਅ ਕੀਤੀ ਜਾਵੇਗੀ। ਸੇਵਾ ਲਈ ਡਾਕਟਰ, ਗੁਰਮਤ ਪ੍ਰਚਾਰ, ਗੁਰਮਤ ਕੈਂਪ, ਕੈਰੀਅਰ ਨੈੱਟਵਰਕਿੰਗ ਅਤੇ ਸੇਵਾ ਲਈ ਵਕੀਲਾਂ ਅਤੇ ਚਾਰਟਰਡ ਅਕਾਊਂਟੈਂਟਸ ਦੇ ਵਰਕਿੰਗ ਗਰੁੱਪ ਨਿਰਧਾਰਿਤ ਕੀਤੇ ਜਾ ਚੁੱਕੇ ਹਨ। ਹੋਰ ਵਰਕਿੰਗ ਗਰੁੱਪ ਅਗਲੇ ਕੁਝ ਹਫ਼ਤਿਆਂ ਵਿੱਚ ਬਣਾ ਦਿੱਤੇ ਜਾਣਗੇ। ਇਹਨਾਂ ਗਰੁੱਪਾਂ ਲਈ ਵੱਖਰੇ ਕੋਆਰਡੀਨੇਟਰ ਬਣਾਏ ਜਾਣਗੇ ਤਾਂ ਕਿ ਇਹ ਪ੍ਰਭਾਵਸ਼ਾਲੀ ਢੰਗ ਨਾਲ ਕਾਰਜ ਕਰ ਸਕਣ। ਇਹ ਮਤਾ ਕੀਤਾ ਗਿਆ ਕਿ ਵੱਖ ਵੱਖ ਸੇਵਾ ਸੰਸਥਾਵਾਂ ਇਕੱਠੀਆਂ ਮਿਲ ਕੇ ਕਾਰਜ ਕਰਨਗੀਆਂ ਅਤੇ ਕਿਸੇ ਪ੍ਰਤੀਯੋਗੀ ਮਾਹੌਲ ਵਿੱਚ ਨਹੀਂ। ਗੁਰੂ ਨਾਨਕ ਸਾਹਿਬ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਪਜੀ ਸਾਹਿਬ, ਜੋ ਕਿ ਸਮੂਹ ਸਿੱਖ ਸੰਗਤ ਦੀ ਸਾਂਝ ਦਾ ਪ੍ਰਤੀਕ ਹੈ, ਦੇ ਪਾਠ ਬੋਧ ਸਮਾਗਮ ਦਿੱਲੀ ਰਾਜਧਾਨੀ ਖੇਤਰ ਦੇ ਸਾਰੇ ਹਿੱਸਿਆਂ ਵਿੱਚ ਵੱਖ ਵੱਖ ਸਿੰਘ ਸਭਾਵਾਂ ਅਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਕੀਤੇ ਜਾਣਗੇ। ਨਾਲ ਹੀ ਦਿੱਲੀ ਰਾਜਧਾਨੀ ਖੇਤਰ ਦੀਆਂ ਸਾਰੀਆਂ ਸਿੱਖ ਧਾਰਮਿਕ ਜਥੇਬੰਦੀਆਂ ਦਾ ਇਸ ਵਿੱਚ ਸ਼ਾਮਲ ਹੋਣ ਲਈ ਅਸੀਂ ਸਵਾਗਤ ਕਰਦੇ ਹਾਂ ਅਤੇ ਆਸ ਕਰਦੇ ਹਾਂ ਕਿ ਗੁਰੂ ਨਾਨਕ ਸਾਹਿਬ ਤੋਂ ਪ੍ਰੇਰਿਤ ਹੋ ਕੇ ਨਾਮ ਤੇ ਸੇਵਾ ਦੇ ਅਭਿਆਸ ਨੂੰ ਹੋਰ ਪਰਪਕ ਕੀਤਾ ਜਾ ਸਕੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਖੀਰ ਵਿੱਚ ਇੱਥੇ 7 ਮਤੇ ਪੜੇ ਗਏ, ਜਿਨ੍ਹਾਂ ਰਾਹੀਂ ਇਹ ਸਪਸ਼ਟ ਕੀਤਾ ਗਿਆ ਕਿ ਪੰਥਕ ਸਾਂਝ ਗੈਰ ਸਿਆਸੀ ਜਥੇਬੰਦੀ ਹੋਵੇਗੀ ਜੋ ਸਿਰਫ ਗੁਰੂ ਗ੍ਰੰਥ ਸਾਹਿਬ ਤੋਂ ਅਗਵਾਈ ਲਵੇਗੀ ਅਤੇ ਇਸ ਦਾ ਕਾਰਜ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਅਗਵਾਈ ਹੇਠ ਹੀ ਹੋਵੇਗਾ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਧਰਮ ਤੇ ਪੰਜਾਬੀ ਬੋਲੀ ਨਾਲ ਜੋੜਨ, ਮੈਡੀਕਲ, ਸਿੱਖਿਆ, ਕਾਨੂੰਨੀ ਮਾਮਲਿਆਂ, ਕਰੀਅਰ ਅਤੇ ਹੋਰਨਾਂ ਖੇਤਰਾਂ ਵਿੱਚ ਸੇਵਾ ਕਰਨ ਦਾ ਫੈਸਲਾ ਵੀ ਲਿਆ ਗਿਆ ਤੇ ਸਿੱਖ ਪੇਸ਼ੇਵਰਾਂ, CA, ਡਾਕਟਰਸ ਤੇ ਵਕੀਲਾਂ ਰਾਹੀਂ ਕੋਰ ਕਮੇਟੀ ਬਣਾ ਕੇ ਭਵਿੱਖ ਦੇ ਟੀਚੇ ਸਰ ਕਰਨ ਬਾਰੇ ਕਿਹਾ ਗਿਆ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ।